ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰੇਓ ਜੀ ਅੱਜ ਅਸੀਂ ਆਪ ਜੀ ਨੂੰ ਮੁਖਾਤਿਬ ਕਰਨ ਜਾ ਰਹੇ ਹਾਂ ਭਾਈ ਜਤਿੰਦਰ ਸਿੰਘ ਜੀ ਖਾਲਸਾ ਜੋ ਕਿ ਸ੍ਰੀ ਅਮਰਸਦ ਸਾਹਿਬ ਤੋਂ ਨੇ ਇਹ ਸਾਨੂੰ ਗੁਰੂ ਨਾਨਕ ਸਾਹਿਬ ਅਤੇ ਭਾਈ ਜਗਤਾ ਜੀ ਦੀ ਸਾਖੀ ਦੇ ਨਾਲ ਰੂਬਰੂ ਕਰਾਨਗੇ ਸਾਨੂੰ ਉਸ ਇਤਿਹਾਸ ਦੇ ਨਾਲ ਜਾਣੂ ਕਰਾਉਣਗੇ ਜਿਹੜਾ ਕਿ ਗੁਰਗੰਸਹਿ ਮਹਾਰਾਜ ਦੇ ਵਿੱਚ ਵੀ ਸਾਨੂੰ ਆਉਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰੇਓ ਜੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਨਾਲ ਰੂਬਰੂ ਕਰਾਓ ਜਿਹੜਾ ਕਿ ਭਾਈ ਜਗਤੇ ਦੇ ਨਾਲ ਜਿਹੜਾ ਰਿਲੇਟਡ ਹੈ ਜੀ ਲਓ ਜੀ ਵਾਹਿ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਭ ਸੰਗਤਾਂ ਕਰੋ ਜੀ ਫਤੇ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੰਸਾਰ ਨੂੰ ਤਾਰਦੇ ਹੋਏ ਸੰਸਾਰ ਦੀ ਯਾਤਰਾ ਕਰਦੇ ਹੋਏ ਪਹੁੰਚੇ ਨੇ ਆ ਭਾਈ ਜਗਤੇ ਦੇ ਘਰ ਆਸਾਮ ਵਿੱਚ ਭਾਈ ਜਗਤਾ ਜੋ ਕਿ ਬਹੁਤ ਇੱਕ ਗਰੀਬ ਸਿੱਖ ਹੈ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ ਹੈ ਦੀ ਆਖਰਿਆ ਹੈ ਮਹਾਰਾਜ ਕਿ ਦੇ ਮੇਨੂ ਮੇ ਦਰਸ਼ਨ ਦਿਦਾਰੇ ਬਖਸ਼ੋ ਤੇ ਮੈਂ ਵੀ ਤੁਹਾਡੇ ਦਰਸ਼ਨ ਦਿਦਾਰੇ ਕਰਕੇ ਨਦਰੋ ਨਦਰ ਨਿਹਾਲ ਹੋ ਜਾਵਾਂ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਸਵਾਰ ਹੋ ਕੇ ਨਾਮ ਜਗਤ ਤੇ ਪਹੁੰਚਨੇ ਭਾਈ ਜਗਤੇ ਦੇ ਘਰ ਵਿੱਚ ਭਾਈ ਜਗਤਾ ਜਦੋਂ ਬਾਣੀ ਦੇ ਵਿੱਚ ਮਗਨ ਅੱਖਾਂ ਬੰਦ ਕਰਕੇ ਭਗਤੀ ਦੇ ਵਿੱਚ ਲੀਨ ਹੈ ਤੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਨੇ ਭਾਈ ਜਗਤੇ ਦੇ ਘਰ ਦੇ ਆਖਿਆ ਉਹਨਾਂ ਭਾਈ ਜਗਤੇ ਨੂੰ ਕਿ ਭਾਈ ਜਗਤਾ ਜੀ ਅੱਖਾਂ ਖੋਲ ਤੇ ਦਰਸ਼ਨ ਕਰ ਲੈ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਤੂੰ ਵਿਲ ਭਰਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਭਾਈ ਜਗਤਾ ਜੀ ਨੇ ਨਦਰੋਂ ਨਦਰ ਨੇ ਹਾਲ ਹੋ ਗਿਆ ਤੇ ਆਖਣ ਲੱਗਾ ਮਹਾਰਾਜ ਅੱਜ ਦਾ ਪ੍ਰਸ਼ਾਦਾ ਤੁਸੀਂ ਮੇਰੇ ਗ੍ਰਹਿ ਵਿਖੇ ਛਕਣਾ ਹੈ ਜਦੋਂ ਭਾਈ ਜਗਤੇ ਨੇ ਆਖਿਆ ਕਿ ਅੱਜ ਦਾ ਪ੍ਰਸ਼ਾਦਾ ਤੁਸੀਂ ਮੇਰੇ ਗ੍ਰਹਿ ਵਿਖੇ ਛਕਣਾ ਹੈ ਤਾਂ ਗੁਰੂ ਜੀ ਕਹਿੰਦੇ ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ ਸਾਨੂੰ ਆਵਾਜ਼ ਦੇ ਦਿਓ ਗੁਰੂ ਜੀ ਆਪ ਵਿਸ਼ਰਾਮ ਕਰਨ ਚਲੇ ਗਏ ਨੇ ਇਧਰ ਹੁਣ ਭਾਈ ਜਗਤਾ ਆਪਣੀ ਘਰ ਵਾਲੀ ਦੇ ਨਾਲ ਭਾਈ ਜਗਤੇ ਦਾ ਇੱਕ ਘਰ ਵਾਲੀ ਹੈ ਤੇ ਇੱਕ ਉਸ ਦਾ ਛੋਟਾ ਜਿਹਾ ਬੱਚਾ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਹੈ ਸੁਭਾਗਾ ਜਦੋਂ ਭਾਈ ਜਗਤਾ ਆਪਣੇ ਘਰ ਵਾਲੀ ਨਾਲ ਲੱਗਾ ਸਲਾਹ ਕਰਨ ਆਂਦਾ ਵੀ ਹੁਣ ਆਪਣੇ ਘਰ ਤਾਂ ਲੂਨਵੇਂ ਨਹੀਂ ਘਰ ਦੇ ਵਿੱਚ ਗਰੀਬੀ ਇਤਨੀ ਹੈ ਕਿ ਸਵੇਰ ਦਾ ਪ੍ਰਸ਼ਾਦਾ ਛਕ ਲਿਆ ਹੈ ਰਾਤ ਨੂੰ ਮਿਲੇਗਾ ਕਿ ਨਹੀਂ ਇਨੀ ਗਰੀਬੀ ਹੈ ਉਹਨਾਂ ਆਖਿਆ ਵੀ ਹੁਣ ਪ੍ਰਸ਼ਾਦਾ ਕਿਵੇਂ ਤਿਆਰ ਕਰੀਏ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਦੋਹਾਂ ਜੀਅ ਨੇ ਸਿਰ ਦੇ ਕੇਸ ਕੱਟੇ ਇੱਕ ਕੇਸ ਕੱਟ ਕੇ ਸੇਲੀ ਟੋਪੀ ਸੇਲੀ ਟੋਪੀ ਜਿਹਨੂੰ ਕਹਿੰਦੇ ਨੇ ਉਹ ਤਿਆਰ ਕੀਤੀ ਜੋ ਬਾਜ਼ਾਰ ਦੇ ਵਿੱਚ ਟਕੇ ਦੀ ਵੇਚ ਕੇ ਆਇਆ ਹੈ ਭਾਈ ਜਗਤਾ ਟਕੇ ਦਾ ਰਸਤਪਾਣੀ ਲਿਆ ਕੇ ਭਾਈ ਜਗਤੇ ਨੇ ਆਪਣੀ ਘਰਵਾਲੀ ਨੂੰ ਦਿੱਤਾ ਹੈ ਭਾਈ ਜਗਤੇ ਦੀ ਘਰਵਾਲੀ ਪ੍ਰਸ਼ਾਦਾ ਪਕਾਉਣ ਵਿੱਚ ਰੁੱਝ ਗਈ ਹੈ ਚੁੱਲੇ ਦੇ ਵਿੱਚ ਜਦੋਂ ਭਾਈ ਜਗਤੇ ਦੀ ਘਰਵਾਲੀ ਪ੍ਰਸ਼ਾਦਾ ਬਣਾ ਰਹੀ ਸੀ ਚੁੱਲੇ ਦੇ ਵਿੱਚ ਉਹ ਚੀਜ਼ ਲੈਣ ਵਾਸਤੇ ਕੋਈ ਗਈ ਤਾਂ ਜੋ ਬੱਚਾ ਖੇਡਦਾ ਸੀ ਵਿਹੜੇ ਦੇ ਵਿੱਚ ਉਹ ਖੇਡਦਾ ਖੇਡਦਾ ਰਿਹਦਾ ਚੁੱਲੇ ਦੇ ਵਿੱਚ ਆ ਡਿੱਗਾ ਜਦੋਂ ਬੱਚਾ ਚੁੱਲੇ ਦੇ ਵਿੱਚ ਡਿੱਗ ਕੇ ਸੜ ਗਿਆ ਤੇ ਭਾਈ ਜਗਤੇ ਦੀ ਘਰ ਵਾਲੀ ਨੇ ਉਸ ਨਾਲ ਵਰਲਾਪ ਨਹੀਂ ਕੀਤਾ ਆਖਿਆ ਬੱਚੇ ਨੂੰ ਚੁੱਕ ਕੇ ਤੇ ਅੰਦਰ ਲਮਾ ਪਾ ਦਿੱਤਾ ਮੰਜੇ ਤੇ ਆਖਿਆ ਜੇ ਆਪਾਂ ਇਹਦਾ ਵਰਲਾਪ ਕੀਤਾ ਤੇ ਗੁਰੂ ਜੀ ਨੇ ਸਾਡੇ ਘਰੋਂ ਪ੍ਰਸ਼ਾਦਾ ਨਹੀਂ ਸ਼ਕਣਾ ਬੱਚੇ ਦਾ ਵਰਲਾਪ ਬਾਅਦ ਵਿੱਚ ਕਰ ਲਵਾਂਗੇ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਭਾਈ ਜਗਤੇ ਦੀ ਘਰ ਵਾਲੀ ਨੇ ਭਾਈ ਜਗਤੇ ਨੂੰ ਆਖਿਆ ਕਿ ਭਾਈ ਜਗਤਾ ਜੀ ਸਵਾਮੀ ਜੀ ਜਾਓ ਗੁਰੂ ਜੀ ਨੂੰ ਸਾਧ ਕੇ ਲਿਆਓ ਤੇ ਗੁਰੂ ਜੀ ਜਦੋਂ ਆਏ ਪ੍ਰਸ਼ਾਦਾ ਸ਼ਕਨ ਵਾਸਤੇ ਤੇ ਜਦੋਂ ਪ੍ਰਸ਼ਾਦਾ ਸ਼ਕਨ ਲੱਗੇ ਦੇ ਭਾਈ ਜਗਤੇ ਨੂੰ ਆਖਣ ਲੱਗੇ ਭਾਈ ਜਗਤਾ ਅਸੀਂ ਜਦੋਂ ਸਵੇਰੇ ਤੇਰੇ ਘਰ ਆਏ ਸਾਂ ਤੁਹਾਡੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਖੇਡਦਾ ਸੀ ਉਹ ਬੱਚਾ ਕਿਤੇ ਨਜ਼ਰ ਨਹੀਂ ਆ ਰਿਹਾ ਭਾਈ ਜਗਤਾ ਆਂਦਾ ਗੁਰੂ ਨਾਨਕ ਸਾਹਿਬ ਉਹ ਬੱਚਾ ਬਹੁਤ ਸ਼ਰਾਰਤੀ ਹੈ ਤੁਹਾਡੇ ਖਾਣੇ ਦੇ ਵਿੱਚ ਵਿਗਨ ਪਾਏਗਾ ਤੁਸੀਂ ਆਪਣਾ ਪ੍ਰਸ਼ਾਦਾ ਛਕੋ ਗੁਰੂ ਸਹਿਬਾ ਜੀ ਨੇ ਜਦੋਂ ਦੂਸਰਾ ਬਚਨ ਕੀਤਾ ਕਿ ਜਦ ਤੱਕ ਬੱਚਾ ਨਹੀਂ ਆਏਗਾ ਉਨਾ ਚਿਰ ਤੱਕ ਪ੍ਰਸ਼ਾਦਾ ਨਹੀਂ ਛਕਿਆ ਜਾਏਗਾ ਫਿਰ ਅੱਖਾਂ ਮਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਆ ਗਿਆ ਉਹ ਆਖਣ ਲੱਗੇ ਗੁਰੂ ਜੀ ਮੈਂ ਤੇ ਇਤਨਾ ਪ੍ਰਸ਼ਾਦਾ ਬਣਾ ਰਹੀ ਸਾਂ ਚੁੱਲੇ ਦੇ ਵਿੱਚ ਤੇ ਮੈਂ ਕੋਈ ਚੀਜ਼ ਲੈਣ ਵਾਸਤੇ ਗਈ ਤੇ ਬੱਚਾ ਚੁੱਲੇ ਦੇ ਵਿੱਚ ਡਿੱਗ ਕੇ ਸੜ ਗਿਆ ਹੈ ਮਹਾਰਾਜ ਆਖਣ ਲੱਗੇ ਕਿ ਕਿੱਥੇ ਆ ਬੱਚਾ ਆਂਦੇ ਜੀ ਅੰਦਰ ਲੰਮਾ ਪਿਆ ਹੈ ਗੁਰੂ ਨਾਨਕ ਸਾਹਿਬ ਆਂਦੇ ਕੀ ਨਾਂ ਹੈ ਬੱਚੇ ਦਾ ਆਂਦੇ ਜੀ ਉਸ ਦਾ ਨਾਂ ਹੈ ਸੁਭਾਗਾ ਗੁਰੂ ਜੀ ਅੰਦਰ ਗਏ ਨੇ ਬੱਚੇ ਨੂੰ ਆਵਾਜ਼ ਮਾਰੀ ਹੈ ਆਖਿਆ ਹੈ ਸੁਭਾਗਾ ਸੰਗਤ ਨੂੰ ਘਰ ਸੱਦ ਕੇ ਤੇ ਆਪ ਸੁੱਤਾ ਪਿਆ ਜਦੋਂ ਗੁਰੂ ਜੀ ਨੇ ਬੱਚੇ ਨੂੰ ਆਵਾਜ਼ ਮਾਰੀ ਤਾਂ ਬੱਚਾ ਗੁਰੂ ਜੀ ਦੀ ਉਂਗਲ ਲਾ ਕੇ ਉੱਠ ਪਿਆ ਜਿਸ ਦਾ ਬੱਚਾ ਜਿੰਦਾ ਮਰਿਆ ਹੋ ਜਾ ਮਰਿਆ ਜਿੰਦਾ ਹੋ ਜਾਵੇ ਉਸ ਦੇ ਮਨ ਵਿੱਚ ਕਿੰਨੀ ਖੁਸ਼ੀ ਹੋਵੇਗੀ ਮਹਾਰਾਜ ਦੀ ਬਾਣੀ ਕਹਿੰਦੀ ਸਤਗੁਰ ਮੇਰਾ ਮਾਰ ਜਵਾਲੇ ਉਹ ਮਰਿਆ ਨੂੰ ਜਿੰਦਾ ਕਰ ਦਿੰਦਾ ਉਸ ਦੇ ਵਿੱਚ ਪੂਰੀ ਸਮਰੱਥਾ ਹੈ ਸਤ ਜਿਸ ਦਾ ਬੱਚਾ ਉਹ ਭਾਈ ਜਗਤਾ ਬੜਾ ਨਦਰੋ ਨਦਰ ਨਿਹਾਲ ਹੋਇਆ ਉਹਦਾ ਬੱਚਾ ਮਹਾਰੇ ਨੇ ਜਦੋਂ ਜਿੰਦਾ ਕਰ ਦਿੱਤਾ ਤੇ ਆਖਣ ਲੱਗਾ ਮਹਾਰਾਜ ਜਦੋਂ ਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਆਂਦਾ ਮਹਾਰੇ ਕੱਲ ਦਾ ਪ੍ਰਸ਼ਾਦਾ ਵੀ ਤੁਸੀਂ ਮੇਰੇ ਹੀ ਗ੍ਰਹਿ ਵਿਖੇ ਛਕਣਾ ਹੈ ਜਦੋਂ ਮਹਾਰੇ ਭਾਈ ਗੁਰੂ ਨਾਨਕ ਸਾਹਿਬ ਆਖਣ ਲੱਗੇ ਚਲੋ ਠੀਕ ਹੈ ਜੀ ਗੁਰੂ ਜੀ ਵਿਸ਼ਰਾਮ ਕਰਨ ਚਲੇ ਗਏ ਆਪ ਤੇ ਫਿਰ ਭਾਈ ਜਗਤਾ ਹੁਣ ਆਪਣੇ ਘਰ ਵਾਲੀ ਨਾਲ ਲੱਗਾ ਹਸਲਾ ਕਰਨ ਅਗਲੇ ਦਿਨ ਵੀ ਕੱਲ ਤਾਂ ਆਪਾਂ ਸਿਰ ਦੇ ਕੇਸ ਕਟੇ ਸੀ ਅੱਜ ਹੁਣ ਕੀ ਕਰੀਏ ਅੱਜ ਵੀ ਆਪਾਂ ਹੁਣ ਇੱਕੋ ਦਿਨ ਦਾ ਰਸਤ ਪਾਣੀ ਸੀ ਜਦੋਂ ਫਿਰ ਭਾਈ ਜਗਤੇ ਨੇ ਆਖਿਆ ਵੀ ਇਹ ਬੱਚਾ ਜੋ ਹੈ ਗੁਰੂ ਸਹਿਬਾ ਜੀ ਨੇ ਦਿੱਤਾ ਹੈ ਹੋਵੇ ਨਾ ਤੇ ਇਸ ਨੂੰ ਬਾਜ਼ਾਰ ਮੁੱਲ ਵੇਚਾਈਏ ਜਦੋਂ ਭਾਈ ਜਗਤੇ ਨੇ ਬੱਚੇ ਨੂੰ ਮੋਢੇ ਤੇ ਚੁੱਕ ਲਿਆ ਤੇ ਬਾਜ਼ਾਰ ਵੇਚਣ ਵਾਸਤੇ ਤੁਰਿਆ ਜਾ ਰਿਹਾ ਹੁਣ ਉਹਨੂੰ ਸੰਸਾਰ ਦੇ ਲੋਕ ਜਦੋਂ ਬੱਚਾ ਮੋਢੇ ਤੇ ਚੁੱਕ ਕੇ ਵੇਚਦਾ ਤੇ ਉਹਨੂੰ ਤਾਣੇ ਮਿਹਨੇ ਨਹੀਂ ਮਾਰਦੇ ਨੇ ਕਿਸੇ ਪੁੱਛਿਆ ਤੇਰਾ ਕੀ ਲੱਗਦਾ ਏ ਕਿੱਥੋਂ ਆਂਦਾ ਈ ਇਸ ਨੂੰ ਮੰਗ ਸਿੱਖਾ ਕੋਈ ਮੁੱਲ ਵੀ ਰੱਜ ਕੇ ਮੰਗਦਾ ਨਹੀਂ ਦਮੜੇ ਮੰਗ ਹੀ ਰਿਆ ਪੰਜ ਸਿੱਖਾ ਜਿਨ੍ਹਾਂ ਆਪ ਹੀ ਪੁੱਤ ਨੂੰ ਵੇਚ ਦਿੱਤਾ ਫਿਰਦੇ ਵਾਂਗਰਾਂ ਮਸਤ ਮਲੰਗ ਸਿੱਖਾ ਪੁੱਤ ਵੇਚਿਆਂ ਕਦੇ ਨਾ ਪਵੇ ਪੂਰੀ ਤੇ ਘਰੋਂ ਨਿਕਲੇ ਨਾ ਪੋਖ ਨੰਗ ਸਿੱਖਾ ਲੱਭੀ ਹੋਰ ਨਾ ਰਤਨਜੀਕਾਰ ਤੈਨੂੰ ਤੇ ਨਵਾਂ ਸਿੱਖਿਆ ਈ ਕਿੱਥੋਂ ਤੰਗ ਸਿੱਖਾ ਕਿਸੇ ਦਾ ਚੋਰੀ ਚਰਾ ਕੇ ਬੱਚਾ ਤੇ ਉਸ ਨੂੰ ਵੇਚਣ ਆ ਗਿਆਂ ਲੋਕੀਆਂ ਨੂੰ ਤਾਹਨੇ ਮਿਹਨੇ ਮਾਰਦੇ ਨੇ ਪਰ ਭਾਈ ਜਗਤਾ ਆਨਿਆ ਮੈਂ ਇਹਨਾਂ ਦੀ ਪਰਵਾਹ ਨਾ ਕਰਦਾ ਹੋਇਆ ਅੱਗੇ ਨੂੰ ਤੁਰਿਆ ਜਾ ਰਿਹਾ ਹੈ ਆਖ ਰਿਹਾ ਇਹ ਮੇਰਾ ਲਗਤੇ ਜਿਗਰ ਹੈ ਤੇ ਮੈਂ ਇਹਨੂੰ ਗੁਰੂ ਦੀ ਸੇਵਾ ਬਦਲੇ ਵੇਚ ਰਿਹਾ ਜਦੋਂ ਅੱਗੇ ਜਾ ਰਿਹਾ ਹੈ ਅੱਗੇ ਲਾਲੇ ਦੀ ਦੁਕਾਨ ਦੇ ਉੱਤੇ ਗਿਆ ਲਾਲਾ ਤੇ ਲਾਲੇ ਦੀ ਘਰ ਵਾਲੀ ਉਹ ਦੁਕਾਨ ਤੇ ਬੈੰਦੇ ਸਨ ਦੋਵੇਂ ਉਹਨਾਂ ਦੇ ਘਰ ਵਿੱਚ ਲਾਦ ਨਹੀਂ ਸੀ ਕੋਈ ਜਦੋਂ ਹੋਕਾ ਦੇ ਕੇ ਭਾਈ ਜਗਤਾ ਉਹਨਾਂ ਦੀ ਦੁਕਾਨ ਗਾਰੀ ਹੋਣ ਲੱਗਣ ਲੱਗਾ ਤੇ ਭਾਈ ਜਗਤੇ ਲਾਲੇ ਦੀ ਘਰ ਵਾਲੀ ਨੇ ਆਖਿਆ ਕਿ ਇਹ ਬੱਚਾ ਆਪਾਂ ਇਹਦੇ ਕੋਲ ਮੁੱਲ ਲੈ ਲਈਏ ਹੋਵੇ ਨਾ ਤੇ ਆਪਣੀ ਦੁਕਾਨ ਤੇ ਬੈਠਾ ਰਿਹਾ ਕਰੋ ਆਪਣੇ ਘਰ ਲਾਦ ਕੋਈ ਨਹੀਂਗੀ ਉਹਨਾਂ ਨੇ ਭਾਈ ਲਾਲੇ ਨੇ ਤੇ ਲਾਲੀ ਨੇ ਉਸ ਕੋ ਬੱਚਾ 50 ਰੁਪਈਆ ਦਾ ਮੁੱਲ ਲੈ ਲਿਆ ਜਦੋਂ ਮੁੱਲ ਲੈ ਲਿਆ ਤੇ ਭਾਈ ਜਗਤੇ ਨੇ ਰਸਤ ਪਾਣੀ ਲਿਆ ਕੇ ਪ੍ਰਸ਼ਾਦਾ ਪਾਣੀ ਜਦੋਂ ਫੇਰ ਤਿਆਰ ਕੀਤਾ ਆਂਦੇ ਪੁੱਤ ਵਿੱਚ ਪ੍ਰਸ਼ਾਦ ਤਿਆਰ ਕੀਤਾ ਜਾਮੇ ਵੇਚਣਾ ਦੋਵੇਂ ਸਮਾਨ ਦੇਨੇ ਪਾ ਕੇ ਉੱਤੇ ਪ੍ਰਸ਼ਾਦ ਫਿਰ ਪਤਰਾਂ ਦੇ ਅੱਗੇ ਗੁਰਾਂ ਦੇ ਆਣ ਟਕਾਮ ਦੇਨੇ ਘਰ ਵੇਚਣਾ ਲਾਲ ਜੀ ਨਜ਼ਰੇ ਆਏ ਅੰਦਰ ਬਾਹਰ ਸਤਗੁਰੂ ਟਕਾਮ ਦੇਨੇ ਕਿੱਥੇ ਗਿਆ ਜੋ ਨੈਣਾ ਦਾ ਨੀਰ ਦੱਸੋ ਸਤਗੁਰੂ ਜੀ ਅੰਜ ਫਰਮਾਉਂਦੇ ਨੇ ਭਾਈ ਜਗਤਾ ਕੱਲ ਵਾਲਾ ਬੱਚਾ ਤੇਰਾ ਅੱਜ ਕਿਤੇ ਫੇਰ ਨਜ਼ਰ ਨਹੀਂ ਆ ਰਿਹਾ ਅੱਜ ਕਿੱਥੇ ਖੇਡਦਾ ਭਾਈ ਜਗਤੇ ਨੇ ਆਖਿਆ ਮਹਾਰਾਜ ਅੱਜ ਸਾਡੇ ਕੱਲ ਅੱਜ ਸਾਡੇ ਕੋ ਰਸਤ ਪਾਣੀ ਲਿਆਉਣ ਜੋਗੀ ਮਾਇਆ ਨਹੀਂ ਸੀ ਹੈਗੀ ਇਸ ਕਰਕੇ ਅਸੀਂ ਬੱਚਾ ਬਾਜ਼ਾਰ ਮੁੱਲ ਵੇਚ ਆਏ ਹਾਂ ਜਦੋਂ ਗੁਰੂ ਸਾਹਿਬ ਜੀ ਨੇ ਆਖਿਆ ਸੇਵਾ ਤੇ ਤੁਹਾਡੀ ਕੱਲ ਦੀ ਹੀ ਪਰਮਾਨ ਸੀ ਕਿ ਨਹੀਂ ਸੀ ਰਸਤ ਪਾਣੀ ਲਿਆਉਣ ਜੋਗੀ ਮਾਇਆ ਤੇ ਸੇਵਾ ਨਾ ਕਰਦੇ ਕੋਈ ਗੱਲ ਨਹੀਂ ਸੀ ਭਾਈ ਜਗਤਾ ਜੀ ਨੂੰ ਆਖਣ ਲੱਗੇ ਕਿ ਕਿੱਥੇ ਵੇਚ ਕੇ ਆਏ ਜੇ ਬੱਚਾ ਉਹਨਾਂ ਆਖਿਆ ਵੀ ਇਹ ਬੱਚਾ ਜਿਹੜਾ ਵਾ ਅਸੀਂ ਲਾਲੇ ਦੀ ਦੁਕਾਨ ਤੇ ਵੇਚ ਕੇ ਆਏ ਆ ਗੁਰੂ ਨਾਨਕ ਸਾਹਿਬ ਉਸਦੇ ਨਾਲ ਗਏ ਨੇ ਤੇ ਆਂਦੇ ਆਓ ਚਲਿਏ ਬੱਚਾ ਲੈ ਕੇ ਆਈਏ ਜਦੋਂ ਗੁਰੂ ਨਾਨਕ ਸਾਹਿਬ ਭਾਈ ਜਗਤੇ ਦੇ ਨਾਲ ਬੱਚਾ ਲੈਣ ਵਾਸਤੇ ਗਏ ਦੁਕਾਨ ਤੇ ਉਹਨਾਂ ਆਖਿਆ ਲਾਲਾ ਜੀ ਇਸ ਦਾ ਬੱਚਾ ਵਾਪਸ ਕਰ ਦਿਓ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਤੇ ਉਹ ਅੱਗੋਂ ਦੁਕਾਨਦਾਰ ਆਂਦਾ ਵੀ ਮੈਂ ਇਹਨਾਂ ਕੋ ਕੋ ਬੱਚਾ ਮੁੱਲ ਜ਼ਬਰਦਸਤੀ ਨਹੀਂ ਲਿਆ ਇਹ ਆਪ ਵੇਚ ਕੇ ਗਏ ਨੇ ਸਾਡੇ ਘਰ ਕੋਈ ਔਲਾਦ ਨਹੀਂ ਸੀ ਇਸ ਕਰਕੇ ਅਸੀਂ ਬੱਚਾ ਲੈ ਆਏ ਤੇ ਗੁਰੂ ਨਾਨਕ ਸਾਹਿਬ ਜੀ ਆਂਦੇ ਤੁਹਾਡੇ ਦੋ ਪੁੱਤਰ ਹੋਣਗੇ ਭਾਈ ਜੀ ਇਹਨੂੰ ਬੱਚਾ ਵਾਪਸ ਕਰ ਦਿਓ ਗੁਰੂ ਨਾਨਕ ਸਾਹਿਬ ਜੀ ਨੇ ਉਸ ਲਾਲਾ ਜੀ ਨੂੰ ਦੋਹ ਪੁੱਤਰਾਂ ਦਾ ਵਰ ਦਿੱਤਾ ਤੇ ਉਸ ਭਾਈ ਜਗਤੇ ਦਾ ਬੱਚਾ ਉਸ ਤੋਂ ਵਾਪਸ ਦਵਾਇਆ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਪ੍ਰਸ਼ਾਦਾ ਛਕਿਆ ਆ ਕੇ ਤੇ ਉਸ ਦਾ ਬੱਚਾ ਜਦੋਂ ਦਵਾਇਆ ਇਸ ਮਾਰੇ ਨੇ ਫਿਰ ਬਾਜ ਸ਼ਬਦ ਉਚਾਰਿਆ ਬਾਣੀ ਦੇ ਵਿੱਚ ਮੁੱਲ ਖਰੀਦੀ ਸ਼ਬਦ ਤਾਂ ਹੀ ਮਾਰਨਾ ਸੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹੱਥ ਪਕਾਣੀ ਜਿਤ ਲਾਇਤ ਤਲਾਗਾ ਇਹ ਸੀ ਇਤਿਹਾਸ ਧੰਸ਼ੀਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੰਸਾਰ ਨੂੰ ਤਾਰਦੇ ਹੋਏ ਪਹੁੰਚੇ ਨੇ ਇਹ ਇਤਿਹਾਸ ਸਰਵਣ ਕਰਦੇ ਆ ਬਹੁਤੀਆਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਇਹਨਾਂ ਸ਼ਬਦਾਂ ਨਾਲ ਖਿਮਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਜੀ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਣ ਦੇ ਲਈ ਸਾਡੇ ਬਹੁਤ ਜ਼ਿਆਦਾ ਉਪਰਾਲੇ ਚੱਲ ਰਹੇ ਨੇ ਸੰਗਤ ਜੀ ਅਗਰ ਆਪਜੀ ਇਤਿਹਾਸ ਹੋਰ ਵੀ ਸੁਣਨਾ ਚਾਹੁੰਦੇ ਹੋ ਅਗਰ ਆਪ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਅਗੇ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅਗਰ ਅਗਰ ਤੁਸੀਂ ਹੋਰ ਇਤਿਹਾਸ ਸੁਣਨਾ ਚਾਹੁੰਦੇ ਹੋ ਤੇ ਸੰਗਤ ਨੂੰ ਬੇਨਤੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਕਿ ਵੱਧ ਤੋਂ ਵੱਧ ਜਿਹੜਾ ਹੈ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਡਾ ਉਤਸ਼ਾਹ ਬਣਿਆ ਅਤੇਸੀਂ ਹੋਰ ਇਤਿਹਾਸਾਂ ਆਪ ਜੀ ਨੂੰ ਰੂਬਰੂ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ